ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਸ਼ਟ ਮਾਸ ਪੁਰ ਮਹਿ ਬਸੇ, ਨਾਨਾ ਕਰਤ ਬਿਲਾਸ। ਚੌਂਦਿਸ ਕੀ ਗਨ ਸੰਗਤਾਂ, ਸੰਗ ਮਸੰਦ ਸੋਦਾਸ। ਖਸ਼ਟ ਮਾਸ ਪੁਰ ਮਹਿ ਬਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਧਾਨ, ਦੀਨ ਦਿਆਲ ਗਰੀਬ ਨਿਵਾਜ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ, ਪ੍ਰਤੱਖ ਸਤਿਗੁਰੂ ਗੁਰਤਾ ਗੱਦੀ ਉੱਪਰ ਸੁਭਾਇਮਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਰਹੇ ਸੁੰਦਰ ਦੀਵਾਨ ਵਿੱਚ ਆਪ ਵਡਭਾਗੀ ਜਨ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਹੁਣ ਗੁਰ ਇਤਿਹਾਸ ਦੀ ਕਥਾ ਵਿਚਾਰ ਸੁਣੀਏ। ਧੰਨ ਸਤਿਗੁਰੂ ਹਰ ਰਾਇ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਸਰਵਣ ਕਰਾਉਂਦਿਆਂ, ਜਿਵੇਂ ਪਿਛਲੇ ਦੀਵਾਨਾਂ ਵਿੱਚ ਪ੍ਰਸੰਗ ਸਰਵਣ ਕਰਾਏ ਗਏ ਹਨ, ਸਤਿਗੁਰੂ ਹਰ ਰਾਇ ਸਾਹਿਬ ਮਹਾਰਾਜ ਜੀ ਦੇ ਪਾਸ ਜਿਸ ਵੇਲੇ ਸਤਿਗੁਰੂ ਜੀ ਮਾਲਵੇ ਦੀ ਧਰਤੀ ਦੇ ਉੱਪਰ ਸੁਭਾਇਮਾਨ ਹੋਏ ਸਨ, ਜਦੋਂ ਭਾਈ ਗੌਰਾ ਚੱਲ ਕੇ ਆਇਆ ਸੀ, ਭਾਈ ਜੱਸੇ ਨੇ ਉਸ ਵੱਲ ਵੇਖ ਕੇ ਉਸ ਪ੍ਰਥਾਏ ਬਿਨਾਂ ਸੋਚੇ ਸਮਝੇ ਜੋ ਬੋਲੀ ਉਸ ਨੂੰ ਸੁਣਾ ਦਿੱਤੀ, ਜਿਸ ਦਾ ਭਾਈ ਗੌਰੇ ਨੇ ਬਹੁਤ ਭਾਰੀ ਗੁੱਸਾ ਕੀਤਾ ਹੈ। ਸੁਣ ਕੇ ਸੋਚਿਆ ਕਿ ਇਸ ਨੂੰ ਮੈਂ ਮਾਰ ਦਿੰਦਾ ਹੈ, ਪਰ ਸਤਿਗੁਰੂ ਹਰ ਰਾਇ ਸਾਹਿਬ ਮਹਾਰਾਜ ਜੀ ਤੋਂ ਡਰ ਕੇ ਉੱਥੇ ਤਾਂ ਕੁਛ ਨਾ ਕਿਹਾ। ਆਪਣੇ ਡੇਰੇ ਆਣ ਕੇ ਆਪਣੇ ਸੇਵਕਾਂ ਨੂੰ ਆਖਿਆ ਕਿ ਉਸਨੂੰ ਮਾਰਨਾ ਹੈ। ਪਹਿਲਾਂ ਵਿਚਾਰਾਂ ਕੀਤੀਆਂ, ਉਹਨਾਂ ਨੇ ਵੀ ਸੇਵਕਾਂ ਬਰਾੜ ਸਿੱਖਾਂ ਨੇ ਆਖਿਆ ਕਿ ਮਾਰਨਾ ਤਾਂ ਬਹੁਤ ਸੌਖਾ ਹੈ, ਪਰ ਸਤਿਗੁਰਾਂ ਤੋਂ ਡਰ ਲੱਗਦਾ, ਕੁਲਾਂ ਦੀਆਂ ਜੜ੍ਹਾਂ ਖਤਮ ਕਰ ਦੇਣਗੇ, ਨਾਸ ਕਰ ਦੇਣਗੇ ਸਤਿਗੁਰੂ ਜੀ। ਭਾਈ ਗੌਰੇ ਨੇ ਆਖਿਆ ਕਿ ਕੋਈ ਗੱਲ ਨਹੀਂ, ਮੈਂ ਬਖਸ਼ਾ ਲਵਾਂਗਾ ਸਤਿਗੁਰਾਂ ਤੋਂ, ਸਾਡੀਆਂ ਜੜ੍ਹਾਂ ਤਾਂ ਮਹਾਰਾਜ ਸਾਹਿਬ ਨੇ ਆਪ ਹੀ ਲਗਾਈਆਂ ਨੇ। ਖਿਆਲ ਰੱਖਿਆ ਭਾਈ ਜੱਸੇ ਵੱਲ। ਜਿਸ ਵੇਲੇ ਭਾਈ ਜੱਸਾ ਬਾਹਰ ਵਿਚਰਨ ਵਾਸਤੇ ਗਿਆ ਸੀ, ਘੋੜੇ 'ਤੇ ਸਵਾਰ ਹੋ ਕੇ ਘੁੰਮ ਕੇ ਆਇਆ, ਜੋ ਜਸੂਸ ਪਿੱਛੇ ਲਗਾਇਆ ਸੀ ਉਸਨੇ ਜਾ ਕੇ ਇਹਨਾਂ ਨੂੰ ਖਬਰ ਦਿੱਤੀ। ਦੋ ਤਿੰਨ ਅਸਵਾਰ ਸ਼ਸਤਰਧਾਰੀ ਇਹਨਾਂ ਦੇ ਜਵਾਨ ਗਏ, ਭਾਈ ਜੱਸੇ ਦੇ ਨੇੜੇ ਹੋ ਕੇ ਵੰਗਾਰ ਕੇ ਅਚਨਚੇਤ ਹੀ ਨਿਹੱਥੇ ਨੂੰ ਪੈ ਕੇ ਛੇਤੀ ਹੀ ਗੋਲੀ ਮਾਰ ਕੇ ਮਾਰ ਦਿੱਤਾ ਹੈ, ਕੋਈ ਯਤਨ ਕਰਨ ਦਾ ਲੜਨ ਦਾ ਵੀ ਮੌਕਾ ਨਹੀਂ ਦਿੱਤਾ। ਇਵੇਂ ਇਹਨਾਂ ਨੇ ਜੋ ਕਾਇਰਤਾ ਕੀਤੀ, ਵਿਸਾਹ ਕੇ ਪੈ ਕੇ ਭਾਈ ਜੱਸੇ ਨੂੰ ਮਾਰ ਦਿੱਤਾ। ਸਤਿਗੁਰੂ ਹਰ ਰਾਇ ਸਾਹਿਬ ਮਹਾਰਾਜ ਜੀ ਨੂੰ ਖਬਰ ਮਿਲੀ ਹੈ, ਸਤਿਗੁਰਾਂ ਨੇ ਇਤਰਾਜ਼ ਕੀਤਾ ਕਿ ਜੇ ਗੌਰੇ ਨੂੰ ਗੁੱਸਾ ਸੀ ਤਾਂ ਸਾਨੂੰ ਦੱਸਦਾ, ਪਰ ਵਿਸਾਹ ਕੇ ਪੈ ਕੇ ਭਾਈ ਜੱਸੇ ਦੀ ਮੌਤ ਕਰਨੀ, ਇਹ ਵੱਡਾ ਭਾਰੀ ਗੁਨਾਹ ਕੀਤਾ ਹੈ। ਮਹਾਰਾਜ ਸਾਹਿਬ ਜੀ ਨੇ ਉਸਨੂੰ ਅਨੇਕਾਂ ਹੀ ਸਰਾਫ ਜੂਨਾ ਭੁਗਤਣ ਦੇ ਦਿੱਤੇ ਕਿ ਤੂੰ ਪੰਛੀਆਂ ਦੀ ਜੂਨਾਂ ਦੇ ਵਿੱਚ ਵੀ ਪਵੇਂਗਾ, ਜਾਨਵਰਾਂ ਦੀਆਂ ਜੂਨਾਂ ਵਿੱਚ, ਕੀੜੇ ਮਕੌੜਿਆਂ ਦੀਆਂ ਜੂਨਾਂ ਵਿੱਚ ਵੀ ਪਏਗਾ, ਨਾਲ ਉਹਨਾਂ ਜੀਵ ਜੰਤੂਆਂ ਦੇ, ਜਾਨਵਰਾਂ ਪੰਛੀਆਂ ਕੀੜੇ ਮਕੌੜਿਆਂ ਦੇ ਮਹਾਰਾਜ ਸਾਹਿਬ ਨੇ ਨਾਮ ਵੀ ਕਥਨ ਕੀਤੇ। ਰੁੱਖਾਂ ਦੀਆਂ, ਬੱਦਲਾਂ ਆਦਿਕ ਦੀਆਂ ਵੀ ਉਹ ਜੂਨਾ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਨੇ ਬਚਨ ਫਰਮਾਏ। ਇਸ ਗੱਲ ਦਾ ਜਦੋਂ ਭਾਈ ਗੌਰੇ ਨੂੰ ਪਤਾ ਲੱਗਾ
ਤਾਂ ਉਸਨੇ ਸੋਚਿਆ ਕਿ ਮੈਂ ਭੁੱਲ ਜ਼ਰੂਰ ਬਖਸ਼ਾਵਾਂ ਸਤਿਗੁਰਾਂ ਪਾਸੋਂ। ਸਤਿਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਮਾਲਵੇ ਦੀ ਧਰਤੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਵੱਲ ਨੂੰ ਚਾਲੇ ਪਾ ਰਹੇ ਤਾਂ ਭਾਈ ਗੌਰਾ ਆਪਣੀਆਂ ਫੌਜਾਂ ਸਮੇਤ ਪਿੱਛੇ ਪਿੱਛੇ ਜਾਂਦਾ ਜਿੱਥੇ ਗੁਰੂ ਮਹਾਰਾਜ ਡੇਰਾ ਕਰਦੇ। ਇੱਕ ਕੋਹ ਦੀ ਵਿੱਥ ਆਪਣਾ ਡੇਰਾ ਲਗਾ ਲੈਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਇਸ ਤਰ੍ਹਾਂ ਪੜਾਅ ਦਰ ਪੜਾਅ ਕਰਦਿਆਂ ਹੋਇਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ। ਸੰਗਤਾਂ ਨੂੰ ਸਤਿਗੁਰਾਂ ਦੇ ਆਉਣ 'ਤੇ ਬਹੁਤ ਖੁਸ਼ੀ ਹੋਈ। ਮਹਾਰਾਜ ਸਾਹਿਬ ਜੀ ਨੇ ਉਹਨਾਂ ਤੋਂ ਉਹਨਾਂ ਦੀ ਸੁੱਖ ਸ਼ਾਂਤ ਪੁੱਛੀ ਹੈ। ਉਹਨਾਂ ਸੰਗਤਾਂ ਨਗਰ ਨਿਵਾਸੀਆਂ ਨੇ ਬੇਨਤੀਆਂ ਕੀਤੀਆਂ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਸੁੱਖ ਆਨੰਦ ਹੈ, ਤੁਹਾਡੇ ਹੀ ਦਰਸ਼ਨਾਂ ਦੀ ਉਡੀਕ ਵਿੱਚ ਰਾਹ ਤੱਕ ਦੇ ਰਹਿੰਦੇ ਸਾਂ। ਤੁਹਾਡੇ ਪਿਤਾ ਜੀ ਨੇ ਇਹ ਨਗਰ ਵਸਾਇਆ ਜਿਵੇਂ ਸਾਨੂੰ ਸੁਖੀ ਵਸਾਇਆ, ਇਸੇ ਤਰ੍ਹਾਂ ਹੀ ਆਪ ਕਿਰਪਾ ਕਰਕੇ ਸਾਨੂੰ ਵੀ ਇੱਥੇ ਰਹਿ ਕੇ ਸੁੱਖ ਬਖਸ਼ਿਸ਼ ਕਰਕੇ ਨਿਹਾਲ ਕਰੋ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਕੀਰਤਪੁਰ ਸਾਹਿਬ ਨਿਵਾਸ ਜਿਵੇਂ ਕਰ ਰਹੇ, ਭਾਈ ਗੌਰੇ ਨੇ ਇੱਕ ਕੋਹ ਦੀ ਦੂਰੀ 'ਤੇ ਕੀਰਤਪੁਰ ਸਾਹਿਬ ਤੋਂ ਦੂਰ ਆਪਣਾ ਡੇਰਾ ਲਗਾਈ ਰੱਖਿਆ। ਜਿਵੇਂ ਅੱਗੇ ਕਥਾ ਵਿਚਾਰ ਆ ਰਹੀ ਹੈ, ਸਤਿਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੀ ਜੋ ਨਿਤਾ ਪ੍ਰਤੀ ਦੀ ਕਿਰਿਆ ਹੈ, ਮਹਾਰਾਜ ਸਾਹਿਬ ਜਿਵੇਂ ਦੀਵਾਨ ਵਿੱਚ ਸਜਦੇ ਬੈਠਦੇ ਹੈ, ਅੰਮ੍ਰਿਤ ਵੇਲੇ ਜਿਵੇਂ ਦੀਵਾਨ ਸਜਾਉਂਦੇ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਰਾਜ ਯੋਗ ਤਖਤ ਦੇ ਉੱਪਰ ਜਿਵੇਂ ਸੁਭਾਇਮਾਨ ਹੁੰਦੇ ਨੇ, ਤਿਵੇਂ ਕਵੀ ਜੀ ਜਿਸ ਪ੍ਰਕਾਰ ਕਥਾ ਵਿਚਾਰ ਸਰਵਣ ਕਰਾ ਰਹੇ ਹਨ, ਪ੍ਰੇਮ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਸ਼ਟ ਮਾਸ ਪੁਰ ਮਹਿ ਬਸੇ। ਧੰਨ ਧੰਨ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ। ਸ੍ਰੀ ਕੀਰਤਪੁਰ ਸਾਹਿਬ ਪਹੁੰਚ ਕੇ 6 ਮਹੀਨੇ ਦੇ ਸਮੇਂ ਤੱਕ ਉੱਥੇ ਹੀ ਵਸੇ ਰਹੇ ਹਨ। ਨਾਨਾ ਕਰਤ ਬਿਲਾਸ ਤੇ ਅਨੇਕ ਤਰ੍ਹਾਂ ਦੇ ਆਨੰਦ ਕੌਤਕ ਕਰਦੇ, ਆਨੰਦ ਬਖਸ਼ਿਸ਼ ਕਰਦੇ। ਚਹੁੰ ਦਿਸ਼ ਕੀ ਗਨ ਸੰਗਤਾਂ, ਚਾਰੇ ਤਰਫਾਂ ਤੋਂ ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਸ ਚੱਲ ਕੇ ਪਹੁੰਚਦੀਆਂ ਹਨ। ਸੰਗ ਮਸੰਦ ਸੋ ਦਾਸ ਤੇ ਉਹ ਸੰਗਤਾਂ ਨੂੰ ਲੈ ਕੇ ਆਉਂਦੇ ਹਨ, ਮਸੰਦ ਸੇਵਕ, ਹੋਰ ਵੀ ਦਾਸ ਸੇਵਕ ਜਿੱਥੋਂ ਕਿਤਿਓਂ ਵੱਖ ਵੱਖ ਇਲਾਕਿਆਂ ਵਿੱਚੋਂ। ਚੌਪਈ ਲੈ ਲੈ ਅਨਕ ਅਕੋਰਨ ਆਵੈ ਤੇ ਅਨੇਕ ਤਰ੍ਹਾਂ ਦੀਆਂ ਸੁੰਦਰ ਭੇਟਾਵਾਂ ਲੈ ਕੇ ਸੰਗਤਾਂ ਮਹਾਰਾਜ ਸਾਹਿਬ ਦੇ ਪਾਸ ਪਹੁੰਚਦੀਆਂ ਹਨ। ਦਰਸਹਿ ਮਨੋ ਕਾਮਨਾ ਪਾਵੈ, ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਸੰਗਤ ਕਰਦੀ ਹੈ ਤੇ ਆਪਣੀਆਂ ਮਨਾਂ ਦੀਆਂ ਕਾਮਨਾਵਾਂ ਸੰਗਤਾਂ ਪੂਰੀਆਂ ਕਰਦੀਆਂ ਹਨ। ਦੇਸ਼ ਵਿਦੇਸ਼ ਜਗਤ ਮਹਿ ਸਾਰੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਜਗਤ ਵਿੱਚ ਸਭ ਥਾਵਾਂ ਤੇ ਜਿੱਥੇ ਕਿਤੇ ਗੁਰ ਕੀਰਤ ਪਸਰੀ ਸੁਖ ਸਾਰੇ ਤੇ ਸਭ ਥਾਵਾਂ ਤੇ ਸੁਖ ਬਖਸ਼ਣ ਵਾਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਕੀਰਤੀ ਮਹਿਮਾ ਹੈ ਫੈਲ ਰਹੀ ਹੈ। ਦੀਪਮਾਲ ਬੈਸਾਖੀ ਆਦਿ ਤੇ ਦੀਵਾਲੀ ਆਦਿਕ ਦਾ ਜੋ ਜੋੜ ਮੇਲਾ ਹੁੰਦਾ ਹੈ, ਵਿਸਾਖੀ ਦਾ ਜਦੋਂ ਜੋੜ ਮੇਲਾ ਹੁੰਦਾ, ਮੇਲਾ ਹੋਏ ਸੰਤ ਸੰਵਾਦ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸੰਗਤਾਂ ਦਾ ਇਕੱਠ ਹੁੰਦਾ ਹੈ, ਜਿਸ ਕਰਕੇ ਸੰਗਤ ਵਿੱਚ ਗੁਰਮਤ ਸਮਾਗਮ ਹੁੰਦੇ ਹੈ। ਸੰਤ ਜਨ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਗੁਰਮਤ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ। ਭਜਨ ਕੀਰਤਨ ਅੱਠ ਹੋ ਜਾਮੂ ਤੇ ਅੱਠੇ ਪਹਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸੱਚੇ ਪਰਮੇਸ਼ਰ ਦਾ ਭਜਨ ਸਿਮਰਨ ਕੀਰਤਨ ਹੁੰਦਾ। ਕੇਤਕ ਲਿਵ ਲਾਗੀ ਸਤਨਾਮੂ ਤੇ ਕਿੰਨੇ ਹੀ ਐਸੇ ਸੇਵਕ ਨੇ ਜਿਨ੍ਹਾਂ ਦੀ ਲਿਵ ਸੁਰਤੀ ਬਿਰਤੀ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗੀ ਹੈ। ਸਿੱਖ ਅਨੇਕ ਮੰਜੀਅਨ ਵਾਰੇ ਤੇ ਅਨੇਕਾਂ ਹੀ ਸਿੱਖ ਹਨ ਜਿਨ੍ਹਾਂ ਨੂੰ ਗੁਰਮਤਿ ਪ੍ਰਚਾਰ ਦੀ ਬਖਸ਼ਿਸ਼ ਸਤਿਗੁਰੂ ਮਹਾਰਾਜ ਸਾਹਿਬ ਨੇ ਕੀਤੀ ਹੈ।
जो गुरमत प्रचार दी पदवी मंजियां दी जिन्हां नूं बख्शी हुई है। निज निज संगत कीन उदारे, ते आपो अपने इलाके विच जिन्हां ने बहुत भारी संगता प्रचार करके गुरु के लड़ लगाईयां हन। फुरहे बाक तूरन बर सरापे, ते सतगुरु महाराज साहब जी दा जिवें उपदेश गुरु के सिख जिन्हां नूं महाराज साहब ने गुरमत प्रचार दी संगत विच गुरु उपदेश सुनाउण दी बख्शिश कीती हुई है, सो उन्हां नूं महाराज साहब ने बहुत वडियाईयां बख्शिश कीतियां है, उन्हां नूं वी शक्तियां समर्था करामातां बख्शियां होईयां। अजमत जुत गण गुरु सथापे, ते ओह बहुत भारी शक्तियां दे समेत हन, क्योंकि ओह प्रेम सहित महाराज साहब जी दी हंकार नूं छड के सेवा करन वाले हन। इस प्रकार उन्हां नूं महाराज साहब ने वडियाई दे सहित करामातां दे सहित स्थापन कीता है। सो सब दर्शन को चल आवें, ऐसे जेड़े गुरु उपदेश दी कमाई आप करन वाले ते होरना तो भी गुरमत दी प्राप्ति कराउण वाले होरना नूं भी, सो सिख संगता नूं गुरु चरणा नाल जोड़न वाले आण के महाराज साहब जी दे दर्शन करदे हन। बस्त अजायब गुर हित ल्यावें, फिर पढ़ो जी। बस्त अजायब सो सब दर्शन को चल आवें, चल चल के महाराज साहब जी दे दर्शन करन वास्ते आउंदे हन। बस्त अजायब गुर हित ल्यावें, ते सतगुरां दे प्रेम विच सतगुरु साहब जी नूं भेटा करन वास्ते बहुत ही सुंदर कीमती वस्तुआं भी लै के आउंदे ने। चक्रवर्त जिम महा अधीशा, ते सतगुरु महाराज साहब जी दा महान तेज प्रताप है, जिवें कि कोई महान जो कोई पातशाह राजा महाराजा होवे। सब निरप आए निवावें सीसा, चक्रवर्ती जिवें कोई राजा होवे, ते होर जिहड़े छोटे देशां दे राजे जिथे किते भी वड्डे राजे दा हुक्म चलदा होवे, होर राजे भी आण के जिवें उस अगे अपना सीस झुकाउंदे हन, किस दा हुक्म रूपी चक्कर सब देशां दे विच चलदा जाण के। इसे प्रकार सतगुरु हरिराय साहिब महाराज जी दे पास सिख सेवक आण के पहुँचदे हन, जो राजिआं महाराजिआं न्यायी महान गुरसिख हन, संगतां नूं लै के सतगुरु जी दे हजूर आउंदे। तथा तख्त पर श्री हर राय, आण के सतगुरु महाराज साहब जी दे चरण कमलां विखे सीस झुकाउंदे हन, वड्डे चक्रवर्ती पातशाहां दे वांग गुरता गद्दी दे तख्त दे उपर धन धन श्री गुरु हर राय साहब जी महाराज सुभायमान हन। तिवें ही देत दान बहु रहे सुहाए, ते बहुता दान महाराज सच्चे पातशाह जी गुरमत दा भी नाल बख्शिश करदे है, धन पदार्थां दा भी बख्शिश करदे हन, सो बनीक हो रहे हन, सुभायमान करदे हन सिखां सेवकां नूं आनंद दे समेत। मनो कामना मन ते जाचे, ते जेड़े भी सतगुरु साहब जी दे पास प्रेम नाल आउंदे है, अपने मन दे प्रेम नाल सतगुरु साहब जी तो अपनियां शुभ मन दियां भावनावां कामनावां पूरियां करन वास्ते बेनती करदे मंगदे हन। केतक जाचत बचन उबाचै, ते कई ता अपनियां शुभ कामनावां पूरियां करन वास्ते बेनतियां करदे हन, मंगण वास्ते इस तरह बेनतियां महाराज साहब दे सामने करके सुणाउंदे। गुप्त विदत दासन की आस, ते दासां सेवकां दी गुप्त होवे भावें किसे दी जो आस होवे ओह भी महाराज साहब जाणदे है, ते जे कोई प्रगट करदा है बेनती करके महाराज साहब जी नूं दसदा है ओह भी महाराज साहब अरदास सुणदे हन। पुरवत सगरी देत हुलास, ते सब भावनावां महाराज साहब अपने सिखां सेवकां दियां पूरियां करदे आनंद बख्शदे। के चित पुत्र कामना पावें, ते कई ऐसे हन जिहड़े धिया पुत्र दा सुख प्राप्त करना चाहुंदे हैं, पुत्र दी दात प्राप्त करन दी जिन्हां दी इच्छा है वह ऐसी शुभ कामना महाराज साहब दे पास बेनती करके पूरी कराउंदे। के चित बित प्राप्त हर खावें, ते कई जिन्हां नूं धन दी थोड़ है धन पदार्थां दी लोड़ है ਉਹ ਧਨ ਪਦਾਰਥਾਂ ਵਾਸਤੇ ਮਹਾਰਾਜ ਸਾਹਿਬ ਦੇ ਪਾਸ ਬੇਨਤੀ ਕਰਕੇ
ਧਨਾਂ ਪਦਾਰਥਾਂ ਦੀ ਬਖਸ਼ਿਸ਼ ਪਾ ਕੇ ਖੁਸ਼ ਹੁੰਦੇ ਹਨ। ਕੇਚਿਤ ਤਨ ਅਰੋਗਤਾ ਜਾਚੈ, ਤੇ ਕਈ ਜਿਹੜੇ ਦੁਖੀਏ ਦਰਦਵੰਦ ਨੇ ਜਿਨ੍ਹਾਂ ਨੂੰ ਸਦਾ ਹੀ ਖਿਆਲ ਬਣਿਆ ਰਹਿੰਦਾ ਹੈ ਆਪਣੇ ਰੋਗਾਂ ਨੂੰ ਦੂਰ ਕਰਾਉਣ ਵਾਸਤੇ ਹੀ ਇੱਛਾ ਹੁੰਦੀ ਹੈ, ਧਨ ਵੱਲ ਤਾਂ ਉਹਨਾਂ ਦਾ ਫਿਰ ਘੱਟ ਹੀ ਖਿਆਲ ਰਹਿੰਦਾ। ਜ਼ਿਆਦਾ ਖਿਆਲ ਇਹ ਹੁੰਦਾ ਹੈ ਸਰੀਰ ਹੀ ਸੁਖੀ ਹੋ ਜਾਵੇ, ਨਰੋਆ ਹੋ ਜਾਵੇ, ਤੰਦਰੁਸਤੀ ਹੋਵੇ, ਤਾਂ ਹੀ ਸਾਰੇ ਸੁੱਖ ਸੋਭਦੇ ਹਨ। ਇਸ ਲਈ ਜਿਹੜੇ ਮਹਾਰਾਜ ਸਾਹਿਬ ਦੇ ਪਾਸੋਂ ਦੇਹ ਰੋਗਤਾ ਮੰਗਦੇ ਆ, ਸਤਿਗੁਰੂ ਮਹਾਰਾਜ ਸਾਹਿਬ ਜੀ ਤਿੰਨਾਂ ਨੂੰ ਦੇਹ ਰੋਗਤਾ ਬਖਸ਼ਦੇ ਨੇ। ਕੇਚਿਤ ਵਿਘਨ ਵਿਨਾਸ਼ ਉਬਾਚੈ, ਤੇ ਕਈ ਬੇਨਤੀ ਕਰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਕਾਰਜਾਂ ਵਿੱਚ ਪੈਣ ਵਾਲੇ ਵਿਘਨ ਹਨ, ਕਿਰਪਾ ਕਰਕੇ ਦੂਰ ਕਰ ਦਿਓ। ਸੋ ਕਾਰਜ ਨਹੀਂ ਸਫਲ ਹੁੰਦੇ ਤਾਂ ਤਿੰਨਾਂ ਨੂੰ ਇਹੋ ਖਿਆਲ ਬਣਿਆ ਰਹਿੰਦਾ ਹੈ ਕਿ ਸਾਡੇ ਕਾਰਜ ਰਾਸ ਹੋ ਜਾਣ। ਇਸ ਵਾਸਤੇ ਉਹ ਬੇਨਤੀ ਕਰਕੇ ਕਾਰਜ ਰਾਸ ਕਰਾਉਂਦੇ ਹਨ। ਕੇਚਿਤ ਪੀਰ ਪਰਹੇ ਜਬ ਆਏ, ਤੇ ਕਈ ਇਵੇਂ ਬੇਨਤੀ ਕਰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਿਤੇ ਆਣ ਭੀੜ ਬਣੇ, ਸਮਾਂ ਐਸਾ ਬਣ ਆਵੇ ਬੜਾ ਹੀ ਭਿਆਨਕ ਦੁਖਦਾਈ। ਜਾਚਤ ਬਣ ਕੇ ਦੀਨ ਸਹਾਏ, ਤੇ ਦੀਨ ਬਣ ਕੇ ਇਸ ਤਰ੍ਹਾਂ ਬੇਨਤੀ ਕਰਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਤਿਸ ਵੇਲੇ ਸਾਡੀ ਆਪ ਕਿਰਪਾ ਕਰਕੇ ਤੁਸਾਂ ਸਹਾਇਤਾ ਕਰਨੀ, ਜਦੋਂ ਵੀ ਕਿਤੇ ਮੁਸੀਬਤ ਦਾ ਸਮਾਂ ਬਣੇ। ਕੋ ਕੋ ਕਾਰਜ ਗਿਨੀਐ ਜਗ ਕੇ, ਤੇ ਜਗਤ ਦੇ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਕਿਹੜੇ ਕਿਹੜੇ ਕਾਰਜ ਗਿਣ ਗਿਣ ਕੇ ਤੁਹਾਨੂੰ ਦੱਸਣਾ ਕਰੀਏ। ਬੇਅੰਤ ਹੀ ਕਾਰਜ ਹੁੰਦੇ ਹਨ, ਕਿਸੇ ਦਾ ਕੋਈ ਕਾਰਜ ਹੁੰਦਾ ਹੈ, ਜਿਸ ਕਾਰਜ ਨੂੰ ਪੂਰਾ ਕਰਾਉਣ ਦੀ ਭਾਵਨਾ ਹੋਵੇ ਉਸੇ ਵੱਲ ਹੀ ਉਸਦਾ ਖਿਆਲ ਹੁੰਦਾ ਹੈ। ਇਸ ਲਈ ਉਹ ਹੀ ਕਾਰਜ ਰਾਸ ਕਰਾਉਣ ਵਾਸਤੇ ਉਸਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਕੇ ਪਹਿਲਾਂ ਬੇਨਤੀ ਕਰਨ ਦਾ ਯਤਨ ਕਰਨਾ ਹੁੰਦਾ। ਇਵੇਂ ਕਰਦੇ ਹਨ ਬੇਨਤੀ, ਪਾਵਹ ਨਿਕਟ ਗੁਰੂ ਸਰਬਗ ਕੇ, ਤੇ ਸਰਬਗ ਸਰਬ ਗਿਆਤਾ ਸਰਬ ਕਲਾ ਸਮਰੱਥ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਸਭ ਦਾਤਾਂ ਸਿੱਖ ਸੇਵਕ ਪੂਰੀਆਂ ਆਪ ਬੇਨਤੀਆਂ ਕਰਕੇ ਪ੍ਰਾਪਤ ਕਰਦੇ ਹਨ। ਗਾਦੀ ਉਚਿਤ ਬੈਠ ਛਬ ਪਾਵੈ, ਤੇ ਗੁਰਤਾ ਗੱਦੀ ਦੇ ਪ੍ਰਾਪਤ ਕਰਨ ਦੇ ਯੋਗਤਾ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਸੁਭਾਇਮਾਨ ਹੋ ਕੇ ਬਹੁਤ ਹੀ ਸੋਭਾ ਪਾਉਂਦੇ ਹਨ। ਪੱਟ ਚਹੁ ਦਿਸ਼ਾ ਦੀਵਾਨ ਲਗਾਵੈ, ਤੇ ਚਾਰੇ ਤਰਫ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਸੂਰਮੇ ਸੇਵਕ ਬੈਠਦੇ ਆ, ਤੇ ਸਤਿਗੁਰੂ ਸਾਹਿਬ ਜੀ ਸੁੰਦਰ ਦੀਵਾਨ ਸਜਾਉਂਦੇ ਹਨ। ਚੌਰਦਾਰ ਢੋਰਤ ਬਰ ਚੌਰ, ਤੇ ਚੌਰ ਬਰਦਾਰ ਸੇਵਕ ਸ੍ਰੇਸ਼ਟ ਚੌਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਸੀਸ ਉੱਪਰ ਟੁਲਾਉਂਦਾ ਹੈ। ਚੋਬਦਾਰ ਠਾਡੇ ਬਡ ਪੌਰ, ਤੇ ਵੱਡੇ ਦਰਵਾਜ਼ੇ ਦੇ ਪਾਸ ਜਿਹੜੇ ਚੋਬਦਾਰ ਪਹਿਰੇਦਾਰ ਸੇਵਕ ਹਨ ਉਹ ਵੀ ਖੜੇ ਤਿਆਰ ਬਰ ਤਿਆਰ ਰਹਿੰਦੇ ਹਨ। ਹੱਥ ਲਸ਼ਟਕਾ ਕੰਚਨ ਧਾਰੈ, ਤੇ ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਸੋਨੇ ਦੀ ਚਿੱਤਰਕਾਰੀ ਜੜਤ ਵਾਲੀਆਂ ਜੋ ਲਸ਼ਟਕਾ ਸੋਟੀਆਂ ਭਾਵ ਐਸੀਆਂ ਸੁੰਦਰ ਜੋ ਡਾਂਗਾ ਹਨ ਆਪਣੇ ਹੱਥਾਂ ਵਿੱਚ ਪਕੜੀਆਂ ਹੋਈਆਂ। ਹੁਕਮ ਗੁਰੂ ਕੋ ਅਗਰ ਉਚਾਰੈ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਵੇਂ ਜਿਵੇਂ ਹੁਕਮ ਹੁੰਦਾ ਹੈ ਤਿਵੇਂ ਸੰਗਤਾਂ ਨੂੰ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚਣ ਵਾਲਿਆਂ ਨੂੰ ਫਰਮਾਨ ਦੱਸਦੇ ਹਨ। ਭਾਟ ਨਕੀਬ ਸੁਜਸ ਕੋ ਕਹੈ, ਤੇ ਜਿਹੜੇ ਭੱਟ ਜਨ ਹਨ ਉਹ ਵੀ ਮਹਾਰਾਜ ਸਾਹਿਬ ਦਾ ਜਸ ਅੱਗੇ ਬਾਹਰ ਵੀ ਸੰਗਤਾਂ ਵਿੱਚ ਸੁਣਾਉਂਦੇ ਆ, ਤੇ ਜਿਹੜੇ ਨਕੀਬ ਹਨ ਜਿਵੇਂ ਪਾਤਸ਼ਾਹਾਂ ਦੇ ਤੁਰਨ ਲੱਗਿਆਂ ਅੱਗੇ ਅੱਗੇ ਜਾ ਕੇ ਜਸ ਸੁਣਾਉਣ ਵਾਲੇ, ਇਸ ਪ੍ਰਕਾਰ ਦੇ ਜਿਹੜੇ ਨਕੀਬ ਨੇ ਉਹ ਵੀ ਜਸ ਸੁਣਾਉਂਦੇ। ਬ੍ਰਿੰਦ ਟਲੈਤ ਖਰੇ ਦ੍ਰਿੜ ਰਹੇ, ਤੇ ਬਹੁਤ ਇਹ ਟਲੈਤ ਜੋ ਦੇ ਸੂਰਮੇ ਤਿਆਰ ਬਰ ਤਿਆਰ ਸ਼ਸਤਰ ਧਾਰੀ ਹੋ ਕੇ ਹੋਰ ਵੀ ਖੜੇ ਰਹਿੰਦੇ ਹਨ। ਸੂਰਜ ਮੁਖੀ ਸੁਹਾਏ ਅਗਾਰੀ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੱਗੇ ਪਾਸ ਜੋ ਸੂਰਜ ਮੁਖੀ ਸੁੰਦਰ ਪੱਖਾ ਚੱਲਣ ਦੀ ਸੇਵਾ ਕਰਨ ਵਾਲੇ ਪੱਖਾ ਲੈ ਕੇ ਸੇਵਾ ਕਰਦੇ। ਜਗਮਗਾਤ ਸੂਰਜ ਅਨੁਹਾਰੀ, ਤੇ ਸੂਰਜ ਵਾਂਗ ਹੀ ਜਿਸ ਦੀ ਬਹੁਤ ਸਾਰੀ ਚਮਕ ਦਮਕ ਆਸ ਪਾਸ ਹੁੰਦੀ ਹੈ। ਖਰੇ ਮੇਵੜੇ ਸੰਗਤ ਕੇਰੇ, ਤੇ ਸੰਗਤ ਦੇ ਨਾਲ ਆਉਣ ਵਾਲੇ ਸੰਗਤ ਨੂੰ ਲਿਆ ਕੇ ਆਉਣ ਤੇ ਸੰਗਤ ਦੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸੰਗਤ ਵੱਲੋਂ ਅਰਦਾਸ ਬੇਨਤੀ ਕਰਨ ਵਾਲੇ ਮੇਵੜੇ ਸਿੱਖ ਮਹਾਰਾਜ ਸਾਹਿਬ ਜੀ ਦੇ ਸਨਮੁਖ ਆਣ ਕੇ ਖੜੇ ਹੁੰਦੇ ਅਰਦਾਸ ਕਰਨ ਲਈ।
कर अरदास सुनाए अगेरे ते अरदास करके महाराज साहब दे पास सुनाउंदे हन संगत वल्लों तनी मसंद नते परवारत ते जेड़े मसंद सेवक ने तनी सेवकां दे नाल किरे होए ओ भी आउंदे हन महाराज साहब दे पास चहु दिश ते बाकन सत्कारत ते चारे तरफा तो जेड़े के सिख सेवकार संगत आउंदी है ता महाराज साहब जी सेवका सिखा संगतां दे आउण ते तिना दे बरथाए बहुत ही प्यार भरे बचन सुना के तिना दा सत्कार करदे हन सेवका संगतां दा अनक अकोरन के अंबारे ते इस प्रकार धन श्री गुरु हर राय साहब महाराज जी दे पास बहुत ही कीमती सुंदर भेटावां दे अंबार ढेर लग रहे हन होत जात हैं गुरु अगारे इवें सतगुरु महाराज साहब जी दे अगे अंबार होर इकट्ठे भेटावां दे हुंदे जांदे कर जुग जोर जोर चहुं ओर ते चाहन तरफां तो महाराज साहब जी दे पास हथ जोड़ जोड़ के बेनतियां कीतियां जा रहियां जाचहें राचहें चरण निहोर ते अपनी मंग जो भी किसे दे मन अंदर हुंदी है प्रेम दे नाल पूरी कराउण वास्ते महाराज साहब जी दे चरण परसदे हन बेनती करके महाराज साहब जी तो बख्शिशां मंगदे हन कब कब कृपा दृष्ट को डारें ते कदे कदे महाराज सचे पातशाह जी समूह सेवकां वल संगत वल कृपा भरी दृष्टि नाल तकदे ने सब दिश संगत खरी निहारें ते सब तरफ संगत कई संगत संगतां तां प्रेमी जन बैठे हुए हन महाराज साहब जी दी संगत विच कई दूरों ही खड़े महाराज साहब दे दीदार करदे ने एक सौ एक पालन को जामा ते कवि जी दसदे हन सतगुरु हर राय साहब जी महाराज एक सौ एक पलड़िया वाला सुंदर चोला पहनदे ने सूखम वस्त्र पहर अभिरामा ते बरीक सुंदर वस्त्र दा सोहना चोला महाराज साहब जी धारण करदे बहुत मोल को ललत दकूल ते बहुते मुल वाला सुंदर जो महाराज सचे पातशाह जी दुपट्टा अपने मोढ़े उपर रखदे हन डार्यो रहे दीह भुज मूल ते वड्डा सुंदर दुपट्टा महाराज सचे पातशाह जी दे मोढ़े उपर पाया जांदा है इवें रखिया जांदा है बहुत ही सोहनी फबत हुंदी है मुकतालन की माल विशाला ते मोतियां दी लड़ी वाली सुंदर जो माला है बहुत सोहनी उज्जल उज्जल गोल दीपत दुत जाला ते जिस विच बहुत ही उज्जल चमक वाले जिन्हां दी बहुत शोभा है ऐसे मोती लगे हुए हन बेच ललंत का लुलत ललाम ते जिस विच बहुत सोहने ललाम सुंदर मोती हन इसे प्रकार सो सोहनी ऐसी जड़ी माला है ओह महाराज सचे पातशाह जी दे गले विच पहनी हुई नाभी तक लटक रही है हीरे बड़े जटत अभिराम ते जिस माला दे विच बड़े सुंदर हीरियां दी जड़त कीती हुई है नवरत्ने भुज दंड विराजे महाराज सचे पातशाह जी दे डौलियां दे उपर नवरत्ने सुंदर सोभ रहे ने नवग्रह निज दुत जन उपराजे नवरत्न भाव के नवरत्ने बहुटे सोहने सज रहे हन जाणो के जिहड़े नौ ग्रह हन ओह ही महाराज साहब जी ते मोढ़ियां दे उपर आ के जिवें अपनी शोभा प्रगट कर रहे होण जात रूप के कटक सुहाए ते सुंदर सोने दे कड़े महाराज साहब जी दे पहने हुए सज रहे कोरदार जटती समदाए ते बहुत कोरदार हीरियां दी जड़त नुकरां वाले हीरियां दी जो जड़त विच कीती हुई है बहुत सारी छाप छलायन शोभत हीरे इसे प्रकार छाप छलियां दे समेत हीरे जिन्हां दे विच जड़े हुए सज रहे रचे चकोर चार रुच चीरे ते बहुत रुचि दे नाल कारीगरां ने चीर के सोहणे चहु नुकरां वाले बनाए हुए हन दोए मुख मंडल कानन कुंडल महाराज सचे पातशाह जी दे मुख मंडलाकार चेहरे दे पास दोहां कन्नां दे कोल
सतगुरु महाराज सच्चे पातशाह जी दे सोहणे कुंडलां वाले केस सज रहे हन। दौलत शोभत मनहो अखंडल ते मानो कि बहुत ज्यादा ही शोभा हुंदी है, जिवें कि इंद्र देवता अपनी देवत्यां दी सभा विच सजदा है। इधर महाराज साहब जी सिखां सेवकियां दी सभा विच सजदे हन। सुंदर सूखम सिर उशनीक ते सोहणी सुंदर बरीक बस्तर दी दस्तार महाराज साहब ने सीस उपर सजाई है। ऊपर जगा बंद बेदनीक ते दस्तार दे उपर चंगी विधि दे नाल महाराज सचे पातशाह जी ने सोहनी जगा कलगी सजाई है। मनहो शांत रस के तर बेस ते ऐसा जड़ा सोहना लिबास है, मानो के सब शांत रस नहीं सोहना रूप अपना सजाया होया। सोहत सूरज ज्ञान विशेष ते जिवें सूरज सजदा है प्रकाश सहत, ऐसे प्रकार ज्ञान दे सूरज महाराज साहब सोभदे हन। बोल अमोलक कोमल मीठे ते महाराज साहब जी दे वडमुल्ले बोल बचन हन, जिन्हां दा कोई भी मुल नहीं है। कोमल वाक हन महाराज सच्चे पातशाह जी दे, मिठे आनंद रस दे भरे होए। मुख ते निकसत चित को ईठे ते जेडे के मुख हर बिंद तो जदों प्रगट हुंदे है, ता जेडे भावना वाले हन उन्हां दे मन नूं बहुत प्यारे लगदे हन सतगुरां दे बचन। कमल पांखरी आंख विशाला महाराज सच्चे पातशाह जी दे नेत्रां दीआं पलकां कमल दीआं पंखड़ियां दे वांग सोभदीआं हन। कृपा भरी ते पिख है कृपाला ते जिस वेले महाराज सच्चे पातशाह जी कृपा सेवकां दे उपर करन वास्ते कृपा दे सहत कृपा दे कर सतगुरु जी देखदे निहाल करदे हन कृपा दृष्टि नाल। गर शमशेर तरी खर तारा तिखी तार वाली सुंदर श्री साहेब महाराज साहब ने गले पहनी है। जटत जवाहर मुष्ट सुधारा जिस तेग दे मुठ दे उपर हीरे जड़त जो कीते हुए हन, बहुत जवाहर आदिक जड़ करके उस सुंदर श्री साहब दे मुठ नूं तैयार कीता हुए सवारिया होया। सर तीखन पीखन ते भरियो ते तिखे तिखे भयानक जेड़े दुश्मन वास्ते तीर हन, ऐसे तिखे तीरां दे नाल भरिया होया। तरकश मुक्ता गुच्छन जरियो ते ओ तरकश जो पत्था है सोहणे तिखे वैरी वास्ते भयानक तीरां दे नाल भरिया होया है, ते इसे प्रकार तरकश मुक्ता गुच्छन जरियो मुक्ता गुच्छन जरियो ते मोतियां दे गुच्छे जो तरकश पत्थे दे विच जड़े होए हन। तरहे तनख को अधिक कठोर ते बहुत सख्त तनख है ओ महाराज साहब ने धारण कीता है। ऐंच्यो जाए ना नर के जोर ते किसे मनुख दे बल द्वारा जिस नूं खिचिया नहीं जा सकदा, ऐसा जो सख्त तनख है महाराज साहब जी ही उस दी तंदी चढ़ा सकते है। उस तनख नूं जो विच तीर जड़ करके तनख दा चिल्ला चढ़ सकते हन। सर्ब शस्त्र कब निकट तरावें ते महाराज सच्चे पातशाह जी सारे ही शस्त्र कदे कदे अपने पास रखाउंदे हन। कब हूं अपने अंग लगावें अपने पास शस्त्र सुभायमान करदे ने, और कदे कदे बहुत सारे होर बदल बदल के शस्त्र महाराज साहब अपने शरीर उपर पहन दे धारण करदे हन। बाक पितामे को नित पालत ते अपने पितामा दादा सतगुरु हरगोबिंद साहब महाराज जी दा जो बचन है नेता प्रति हृदय विच वसा के पालदे हन। जिस कारण ते जंग न डालत ते सतगुरु हरगोबिंद साहब महाराज जी दा जो बचन होया सी जो पुछया सी धन श्री गुरु हर राय साहब महाराज ने गुरता गद्दी प्राप्त करन ते के सचे पातशाह जंग युद्ध करन वास्ते आप जी दा सानू की हुक्म है, तां सतगुरु हरगोबिंद साहब महाराज जी ने फरमाया सी कि तुसी फौजां शस्त्रधारी योधियां दियां अपने पास तां रखणियां ही हन, पर तुहानू जंग युद्ध आप नहीं करने पैणगे। जिहड़ा कोई चढ़ के आवेगा ਉਹ ਤੁਹਾਡੇ ਤੱਕ ਨਹੀਂ ਅੱਪੜ ਸਕੇਗਾ, ਇਸ ਲਈ ਤੁਹਾਨੂੰ ਜੰਗ ਨਹੀਂ ਕਰਨੇ ਪੈਣਗੇ। ਐਸੇ ਜਿਹੜੇ ਬਚਨ ਹਨ
ਉਹ ਮਹਾਰਾਜ ਸਾਹਿਬ ਨੇ ਹਿਰਦੇ ਵਿੱਚ ਵਸਾਏ ਹਨ। ਜਿਸ ਕਾਰਨ ਤੇ ਜੰਗ ਨਾ ਡਾਲਤ, ਜਿਸ ਕਰਕੇ ਜੰਗ ਯੁੱਧ ਨਹੀਂ ਕਰਨਾ ਪੈ ਰਿਹਾ। ਤੁਰਕ ਆਦਿਕ ਜੇ ਰਿਪ ਹੋਏ ਆਵੈ, ਤੇ ਜਿਹੜੇ ਕੋਈ ਬੈਰੀ ਬਣ ਕੇ ਤੁਰਕ ਆਦਿਕ ਆਉਂਦੇ ਹਨ ਚੜ ਕੇ, ਤੁਰਕਾਂ ਦੇ ਜਰਨੈਲ ਸੂਬੇਦਾਰ ਆਦਿਕ ਸੈਨਾਪਤੀ ਫੌਜਾਂ ਸਮੇਤ, ਔਚਕ ਵਿਘਨ ਤਿਨਹੋਂ ਪਰ ਜਾਵੈ, ਤੇ ਅਚਨਚੇਤ ਹੀ ਉਹਨਾਂ ਨੂੰ ਰਾਹ ਦੇ ਵਿੱਚ ਹੀ ਕੋਈ ਵਿਘਨ ਪੈ ਜਾਂਦਾ, ਜਾਂ ਤਾਂ ਬਿਮਾਰ ਹੋ ਜਾਂਦੇ ਰਹੇ ਤੇ ਜਾਂ ਕੋਈ ਰੁਕਾਵਟ ਹੋਰ ਪੈ ਜਾਂਦੀ, ਜਾਂ ਬਿਮਾਰ ਹੋ ਕੇ ਮਰ ਹੀ ਜਾਂਦੇ ਰਸਤੇ ਵਿੱਚ ਹੀ, ਉਹਨਾਂ ਦੇ ਪ੍ਰਾਣਾਂ ਦਾ ਅੰਤ ਹੋ ਜਾਂਦਾ। ਆਏ ਸਕਹਿ ਨਹਿ ਨਿਕਟ ਅਰਾਤੀ, ਜਿਹੜਾ ਵੀ ਕੋਈ ਵੈਰੀ ਬਣ ਕੇ ਧੰਨ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੇ ਪਾਸ ਆਉਣ ਲੱਗਦਾ, ਉਹ ਆ ਹੀ ਨਾ ਸਕਦਾ ਸਤਿਗੁਰਾਂ ਦੇ ਪਾਸ। ਬਿਨ ਸਤ ਬਿਨਾ ਬਾਰ ਬਿਨ ਘਾਤੀ, ਤੇ ਬਿਨਾ ਸਤਿਗੁਰਾਂ ਦੇ ਵੱਲੋਂ ਮਾਰਨ ਤੋਂ, ਸਤਿਗੁਰੂ ਸਾਹਿਬ ਜੀ ਵੱਲੋਂ ਉਸਨੂੰ ਮਾਰਨਾ ਨਾ ਪੈਂਦਾ, ਤੇ ਬਿਨਾਂ ਦੇਰੀ ਤੋਂ ਹੀ ਉਸ ਦਾ ਨਾਸ ਹੋ ਜਾਂਦਾ ਜਿਹੜਾ ਵੀ ਕੋਈ ਵੈਰੀ ਬਣ ਕੇ ਆਉਂਦਾ। ਜਾਮ ਜਾਮਨੀ ਜਾਗਨ ਕਰਹੀ, ਤੇ ਕਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਹਨ ਕਥਾ ਸੁਣਾਉਂਦੇ ਹੋਏ ਕਿ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠਣਾ ਕਰਦੇ, ਸੌਚ ਇਸ਼ਨਾਨ ਠਾਨ ਪਟ ਧਰਹੀ, ਤੇ ਸੌਚ ਇਸ਼ਨਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪਾਠ ਧਰਹੀ ਪਾਠ ਸੁੰਦਰ ਵਸਤਰ ਪਹਿਨਣਾ ਕਰਦੇ ਹਨ। ਬੈਠ ਹੈ ਮਨ ਭਾਵੈ ਬਿਸਰਾਮ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਪ੍ਰਕਾਰ, ਬੈਠ ਹੈ ਮਨ ਪਾਵੈ ਬਿਸਰਾਮ, ਤੇ ਬੈਠਦੇ ਹਨ ਤੇ ਇਸੇ ਪ੍ਰਕਾਰ ਮਨ ਦਾ ਟਿਕਾਓ ਆਪਣੇ ਨਿਜ ਸਰੂਪ ਦੇ ਵਿੱਚ ਕਰਦੇ ਹਨ। ਇੱਕ ਲਿਵ ਲਗ ਹੈ ਆਤਮਾ ਰਾਮ, ਤੇ ਆਤਮ ਰਾਮ ਪਰਮੇਸ਼ਰ ਸਰੂਪ ਦੇ ਵਿੱਚ ਇੱਕ ਲਿਵ ਬਿਰਤੀ ਆਪਣੀ ਟਿਕਾਉਂਦੇ। ਰਾਗ ਦੁਐਸ਼ ਦੁਐਤ ਨਾ ਜਹ ਲੇਸ਼, ਤੇ ਜਿੱਥੇ ਥੋੜੀ ਜਿੰਨੇ ਵੀ ਰਾਗ ਦੁਵੈਸ਼ ਨਹੀਂ ਹੈ, ਮੋਹ ਈਰਖਾ ਆਦਿਕ ਨਹੀਂ ਹੈ, ਦਵੈਤ ਆਦਿਕ ਦਾ ਲੇਸ਼ ਮਾਤਰ ਵੀ ਕੋਈ ਨਿਸ਼ਾਨ ਨਹੀਂ। ਇੱਕ ਅਸ਼ੇਸ਼ ਮਹਿ ਨਹਿਨ ਕਲੇਸ਼, ਇੱਕ ਪੂਰਨ ਪਰਮੇਸ਼ਰ ਦੇ ਵਿੱਚ ਹੀ ਟਿਕਾਓ ਜਿੱਥੇ ਕਿ ਸੁਰਤੀ ਦਾ ਰਹਿੰਦਾ ਹੈ, ਜਿੱਥੇ ਕੋਈ ਕਾਲ ਕਲੇਸ਼ ਨਹੀਂ ਹੈ। ਆਵਹਿ ਬ੍ਰਿੰਦ ਰਬਾਬੀ ਪਾਸੇ, ਤੇ ਬਹੁਤ ਰਬਾਬੀ ਸਿੱਖ ਸਤਿਗੁਰਾਂ ਦੀ ਹਜ਼ੂਰੀ ਵਿੱਚ ਕੀਰਤਨ ਕਰਕੇ ਖੁਸ਼ੀਆਂ ਲੈਣ ਵਾਸਤੇ ਆਉਂਦੇ। ਆਸਾ ਵਾਰ ਸਰਾਗ ਪ੍ਰਕਾਸ਼ੇ, ਰਾਗਾਂ ਦੇ ਸਹਿਤ ਆਸਾ ਦੀ ਵਾਰ ਦਾ ਕੀਰਤਨ ਕਰਕੇ ਸੁਣਾਉਂਦੇ ਹਨ। ਜਿਮ ਅੰਮ੍ਰਿਤ ਕੀ ਵਰਖਾ ਹੋਏ, ਤੇ ਇਸ ਤਰ੍ਹਾਂ ਅੰਮ੍ਰਿਤ ਬਾਣੀ ਦੀ ਅੰਮ੍ਰਿਤ ਰੂਪ ਵਰਖਾ ਹੁੰਦੀ ਹੈ, ਜਿਵੇਂ ਜਾਣੋ ਕਿ ਮੀਂਹ ਪੈਂਦਾ ਹੈ, ਇਸੇ ਪ੍ਰਕਾਰ ਜਾਣੋ ਕਿ ਅੰਮ੍ਰਿਤ ਬਾਣੀ ਦੀ ਅੰਮ੍ਰਿਤ ਦੀ ਹੀ ਵਰਖਾ ਹੁੰਦੀ। ਸੁਣਹਿ ਪ੍ਰੀਤ ਵੱਡ ਭਾਗੀ ਜੋਏ, ਜਿਹੜੇ ਵੱਡਿਆਂ ਭਾਗਾਂ ਵਾਲੇ ਪ੍ਰੇਮ ਦੇ ਨਾਲ ਸੁਣਦੇ ਨੇ। ਹੋਏ ਪ੍ਰਕਾਸ਼ ਭੋਗ ਜਬ ਪਰੈ, ਤੇ ਜਿਸ ਵੇਲੇ ਦਿਨ ਦਾ ਚੜਾਅ ਹੁੰਦਾ ਉਸ ਵੇਲੇ ਆਸਾ ਦੀ ਵਾਰ ਦਾ ਸੰਪੂਰਨ ਭੋਗ ਪੈਂਦਾ ਹੈ। ਭਾਟ ਨਕੀਬ ਸੁਜਸ ਕੋ ਕਰੈ, ਤੇ ਭੱਟ ਜਨਮੀ ਨਕੀਬ ਜਨਮੀ ਮਹਾਰਾਜ ਸਾਹਿਬ ਜੀ ਦਾ ਜਸ ਸੰਗਤਾਂ ਵਿੱਚ ਸੁਣਾਉਂਦੇ। ਘਸ ਚੰਦਨ ਕੋ ਕੇਸਰ ਸਾਥ, ਤੇ ਹੋਰ ਸੇਵਕ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸੁੰਦਰ ਸੁਗੰਧੀ ਪ੍ਰਗਟ ਕਰਨ ਵਾਸਤੇ ਔਰ ਸੁੰਦਰ ਤਿਲਕ ਮਹਾਰਾਜ ਸਾਹਿਬ ਜੀ ਦੇ ਮਸਤਕ ਦੇ ਉੱਪਰ ਭਾਵਨਾ ਦੇ ਸਹਿਤ ਸਜਾਉਣ ਦੀ ਭਾਵਨਾ ਦੇ ਨਾਲ ਤਿਆਰ ਕਰਕੇ ਲਿਆਉਂਦੇ ਹੈ। ਕਾਸ ਚੰਦਨ ਸੋ ਚੰਦਨ ਆਦਿ ਕਸਾ ਕਰਕੇ ਔਰ ਕੇਸਰ ਸਾਥ, ਤੇ ਕੇਸਰ ਦੇ ਸਮੇਤ ਆਨਹਿ ਦਾਸ ਧਰੇ ਜੁਗ ਹਾਥ, ਤੇ ਆਪਣੇ ਦੋਹਾਂ ਹੱਥਾਂ ਵਿੱਚ ਲੈ ਕੇ ਦਾਸ ਸੇਵਕ ਮਹਾਰਾਜ ਸਾਹਿਬ ਦੇ ਪਾਸ ਪਹੁੰਚਦਾ ਹੈ। ਚੰਦਨ ਨੂੰ ਕਸਾ ਕੇ ਸੁਗੰਧੀ ਤਿਆਰ ਕਰਕੇ ਕੇਸਰ ਦੇ ਸਮੇਤ ਲਿਆ ਕੇ ਮਹਾਰਾਜ ਸਾਹਿਬ ਦੇ ਪਾਸ ਹਾਜ਼ਰ ਕਰਦਾ ਹੈ। ਸੁਭਹਿ ਗੁਰਮੁਖੀ ਦੀਰਗਨੀਕਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਮੁੱਖ ਮਸਤਕ ਦੇ ਉੱਪਰ ਜੋ ਸੁੰਦਰ ਮਹਾਨ ਤਿਲਕ ਹੈ ਉਹ ਜਿਸ ਕਰਕੇ ਸੁਭਾਇਮਾਨ ਹੋਵੇ। ਨਿਜ ਕਰ ਸੰਗ ਨਿਕਾਸ ਹੈ ਟੀਕਾ, ਤੇ ਮਹਾਰਾਜ ਸਾਹਿਬ ਜੀ ਸੇਵਕ ਦੇ ਹੱਥਾਂ ਵਿੱਚੋਂ ਉਹ ਤਿਲਕ ਕੇਸਰ ਚੰਦਨ ਸਮੇਤ ਤਿਆਰ ਕੀਤਾ ਹੋਇਆ ਜੋ ਆਪਣੇ ਕਰ ਕਮਲ ਦੁਆਰਾ ਆਪ ਲਗਾ ਕਰਕੇ ਫਿਰ ਆਪਣੇ ਮਸਤਕ ਦੇ ਉੱਪਰ ਤਿਲਕ ਸਜਾਉਂਦੇ ਹਨ।
दर्श है बिच आदर्श बदन को। ते सेवक जो आदर्श शीशा आदिक लिया महाराज साहब दे जो वेखण वास्ते ते जिस विच महाराज साहब अपना मुखार बिंद तक दे हन। शोभत सुंदर दुती सदन को। ते दुती दा सोभा दा घर महाराज सच्चे पातशाह जी दा मुखार बिंद सोभदा है। बारंग बार शमश पर हाथ। ते वार वार गरीब नवाज सच्चे पातशाह किसे समय विच जो अपने दाड़े दे उपर हथ फेरना कर दे। फेरत करहे सुधारन नाथ। ते मालिक सतगुरु महाराज साहब जी अपने सुंदर पावन दाड़े दे उपर अपना हस्त कमल फेर करके सवार दे हन। सभा स्थान बहुर चल आवे। ते इसे प्रकार महाराज साहब जी फिर सभा वाले स्थान ते चल के पहुंचना कर दे तैयार हो के। सकल समाज देख सुख पावे। ये सब संगतां जिथे सज रही है जिथे दीवान विच महाराज सच्चे पातशाह जी ने सजना है उथे पहुंचण ते संगतां सेवक सूरमे दर्शन करके सुख पाउं दे। चौह दिश ते बंधन गन होवे। चारे दिशावां तों सिखां सेवकां वल्लों संगत वल्लों महाराज साहिब जी दे चरणां विच बहुतियां नमस्कारां हो रहियां हैं। जित दिश पिखें ताप त्रै खोवै। बहुत सारियां नमस्कारां हुंदियां जिस तरफ महाराज सच्चे पातशाह जी कृपा दृष्टि नाल वेखदे हन आदि व्याधि उपाधि आदिक तिन्नां तापां दा नाश कर दिंदे। होत बिलावल चौकी फेर। ते बिलावल दी चौकी दी शब्द कीर्तन हुंदा है महाराज साहब दे पास। बजत मृदंग रबाब बडेर। ते रबाब दे समेत और मृदंग जोड़ी तबला आदिक दे सहत सतगुरु साहब जी दी हजूरी विच साजां दी धुनी विच मिला के शब्द कीर्तन रागां समेत गायन करके सुनाया जांदा रबाबी रागी गुरसिखां वल्लों। सभा लगी सब शब्द सुनंते। ते जदों महाराज साहब जी दी सुंदर सभा सजदी है ते सब सेवक सिख संगत रूप विच बैठ के शब्द कीर्तन सुनदे हन। विमल आत्मा होए मतवंते। ते जिन्हां दे मन निर्मल हुंदे है और बुद्धिवान बनदे हन महाराज साहब दी बाणी दा कीर्तन सुन के। जे चित ज्ञान बारता बूझै। ते कई सेवक ओ हन जेड़े ज्ञान वाली कथा विचार महाराज साहब दे पासों सुनना चाहुंदे हन पूछ के। उपदेश है तिस आत्म सूझ है। उन्हां नूं महाराज सच्चे पातशाह जी ज्ञान दी विचार सरवण कराउंदे है जिस करके उन्हां नूं अपने आत्मिक स्वरूप दी समझ सूझ बूझ प्राप्त हुंदी है। के चित सेवा करहें विसाला। ते कई सिख सेवक बहुत सारी सेवा हथीं महाराज साहब जी दी करके खुशियां प्राप्त करदे हन। ओहे प्रसन्न कट है जम जाला। ते इस भावना नाल कई सिख सेवक सेवा करदे आ कि गरीब नवाज सच्चे पातशाह जी साडे उपर प्रसन्न हो जाण ते जमा दा जेड़ा जंजाल है ओह कट देण जमा दे फाहे ना पैणगे जिस करके। के चित करहें भगत अभिराम। ते कई सुंदर भगती महाराज साहब जी दे पासों प्राप्त करन दी इच्छा नाल सेवा करन वास्ते आउंदे हन। उपदेशत गुर तिन सतनामू। तिन्हां नूं महाराज साहब जी प्रेमा भगती प्राप्त करन लई सच्चे वाहिगुरु नाम जपण दा उपदेश बख्शदे ने। ऐसी लिव लग है और अंतर। ते उन्हां नूं फिर हिरदे दे विच सतगुरु महाराज साहब जी दी कृपा दे नाल अजिही लिव लग जांदी है परमेश्वर दी भगती विच। सिमरन निस दिन रहे निरंतर। जिस करके वो रात दिन एक रस महाराज साहब जी दे सिमरन विच जुड़े रहिंदे। जिस ते मन होए जाए एकागर। ते जिस करके फिर उन्हां दा मन एकागर हो जांदा भगती विच लग के। जथा जोत जोगीन उजागर। ते जिस प्रकार जेड़े जो सच्चे दिलों योग साधना बहुत लंबा समा साध साध करके ते फिर अपने हिरदे दे विच ज्ञान दा प्रकाश योगी लोग कर दे पर इधर महाराज सच्चे पातशाह जी दी कृपा दे नाल थोड़े समय विच सिखां सेवकां दे हिरदे दे विच ज्ञान दा प्रकाश हुंदा है। अंत समय गुरपुर मह बस है। ते जिहड़े गुरसिखी कमाउंदे है सतगुरु महाराज साहिब जी दे पासों भगती दी दात प्राप्त करदे है परमेश्वर की बंदगी विच चित ला लेंदे है वह जदों शरीर छड के संसार तो कूच करते ने तां फिर उन्हां दा
गुरपुरी दे विच सचखंड विच वासा हुंदा जहां सदीव आनंद प्रकाश है जिथे भाई सदा ही आनंद ही प्रकाश दा आनंद ही आनंद है जिथे दुख नहीं है कोई भी किसी प्रकार दा जन्म मरण दा दुख नहीं पौना पैंदा के चित पावे आत्म ज्ञान ते कई सेवक ओ हन धन श्री गुरु हरराज साहब महाराज जी दे पास श्री कीर्तपुर साहब दे विच इस भावना नाल आउंदे हन कि सतगुरु महाराज साहब जी तों सानूं अपने आत्मिक स्वरूप दा ज्ञान मिल जावे जन्म जन्म के बंधन हान ते ओ आत्मिक स्वरूप दा ज्ञान प्राप्त करके जन्म मरण दे बंधन नाश करवा लेंदे हन डेढ़ जाम लो जब दिन आवे इस प्रकार अमृत वेले सतगुरु महाराज साहब जी जद दीवान विच पहुंचदे हन श्री गुरु हरराज साहब जी महाराज श्री कीर्तपुर साहब विखे इस तरह दीवान विच बैठिया होया जदों डेढ़ पहर दा समा बतीत होंदा तावत बैठे सभा सुहावे तदों तक महाराज साहब जी दीवान विच सजे हुए सोभदे हन जथा योग उपदेश है दास ते जिस तरह जिवें जिवें दा जो कोई सेवक उपदेश प्राप्त करन दी योग्यता रखदा होवे तिवें तिवें उसे उसे तरह दा उसनूं उपदेश महाराज साहब जी बख्शदे हन करहे कुमत के बंद विनाश ते जिहड़े खोटी मत वाले बंधन पए होए ने उन्हां दा महाराज साहब जी नाश कर दिंदे ने उपदेश बख्शिश करके पुनः रसोईया हादर होए ते इस प्रकार फिर सतगुरु महाराज साहब जी दे वास्ते जदों प्रशादा तैयार किया जाता है लांगरी सिख वल्लों तां उह फिर प्रशादा तैयार करके सतगुरु जी दे हजूर हाजिर हुंदा है ठाडो रहे बंद कर दोए महाराज साहब जी दे पास आण के दोवें हथ जोड़ के खड़ा रहिंदा है आउंदा ही आण के दस नहीं दिंदा है कि जे महाराज सच्चे पातशाह अपनी मौज विच सजे बैठे हुंदे है जां बचन बिलास कर रहे हुंदे ने तां उस वेले विचों ही टोक के आण के कहण नहीं लग पैंदा सगों उन्ना चिर तक जदों तक सतगुरु महाराज साहब जी उस वल नहीं देखदे खड़ा ही रहिंदा है हथ जोड़ के दृष्ट पर है तब अर्ज गुजार है जदों महाराज सच्चे पातशाह जी दी दृष्टि उस लांगरी सिख वल हुंदी है तां फिर महाराज साहब नूं बेनती करदा है महाराज जी भोजन तैयार है इह महाराज सच्चे पातशाह जी आप जी वास्ते छकण लई प्रशादा तैयार कर लिया गया उठे गुरु सुच संग स्थान तां फिर इह बेनती उस सेवक दे पासों प्रशादा छकण वास्ते सुन के सतगुरु महाराज साहब जी दीवान विचों उठदे हन और जिथे सेवकां वल्लों सुच पवित्रता दे सहत स्थान तैयार किया होया महाराज साहब दे प्रशादा छकण लई बैठे हैं चरण पखार है पान ते अपने हस्त कमल और चरण धो करके फिर उस स्थान ते महाराज साहब जी रसोई विच पहुंच करके प्रशादा छकदे एक चौंकी पर दीर्घ थार ते एक सुंदर श्रेष्ठ चौंकी दे उपर वड़ा सोहना थाल भोजन दे सहत परोस के महाराज साहब वास्ते रखिया जांदा है एक पर बैठ है आप उदार ते एक सुंदर चौंकी ते आप दाता सतगुरु जी बैठदे हन मन भावत अच भोजन नाना ते अनेक तरह दा भोजन तैयार कीता होया मन पौंदा महाराज साहब जी छकदे पानी पान पखार है पाना फिर जल छक करके अपने हस्त कमल तोड़ा करदे हन पुन उठ सुठ प्रियंक पर थिरे ते फिर महाराज सच्चे पातशाह एवें प्रशादा पानी छक करके ते आप सुंदर पलंगे उपर सुभायमान हुंदे केतक काल सुखोपत धरें ते किन्ना ही समा सतगुरु महाराज साहब जी विराजमान रहिंदे हन पलंगे उपर डेढ़ जाम दिन ते उठ करके ते जदों डेढ़ कुक पहर दिन दा समा रह जांदा फिर उठ के तरहें सोच आलस पर हर के ते सोच पवित्रता करके
फिर आलस आदिक जो शरीरक है उसकी निवृत्ति करते हैं। बहुर दीवान विखे थित होए, सावधान हो के महाराज साहब जी शाम का समा दीवान सजन का जान के दीवान विच सुभायमान होंगे। दर्शन करे आन सब कोई, सब कोई सिख सेवक महाराज साहब जी दे आन के दर्शन करने वास्ते पहुंच जाते हैं। संध्या लग सुन शब्द सराग, संध्या दे समय तक रागां दे समेत महाराज साहब जी दी हजूरी विच सिखां सेवकां वल्लों सतगुरां दे सहत कीर्तन सुनिया जांदा है रबाबी सिखां पासों। करहे श्रेय जन पिख अनुराग, जिन्हां जना सेवकां दा धन श्री गुरु हरिराज साहब महाराज जी मनां दा प्रेम वेखदे ने, तिन्हां दी कल्याण करदे हन, तिन्हां नूं मुक्ति दी दात बख्शदे ने। चतर घटी निस बीती हेर, ते फिर शाम दा समां जदों रात दा हुंदा है समा, चार कु घड़ियां दा समा जदों बतीत हुंदा है, पाव के घड़ी दा समा साध संगत जो 24 मिनट दा हुंदा है, ते इसे प्रकार जो 1.5 घंटे दा समा जदों हो जांदा है, इन्ना क समा जदों बतीत हुंदा रात दा। भोजन करहे गुरु पुन फेर, ते फिर महाराज सच्चे पातशाह जी प्रशादा छकदे हन। जाम जाए निंद्रा बस होए, ते फिर रात दा समा होण ते सतगुरु साहिब जी सुभायमान विराजमान हो जांदे पलंगे उपर आराम करन लई। बौडह बर प्रियंक पर सोए, श्रेष्ठ पलंग दे उपर महाराज सच्चे पातशाह सुभायमान विराजमान हुंदे। जाम जामनी ते पुन जाग है, ते फिर जदों अमृत वेले दा एक पहर दा समा रह जांदा है रात दा, फिर महाराज साहिब उठना करदे हन अमृत वेले। सोच शनान करन को लाग है, ते फिर सोच पवित्रता शरीरक शनान सोधना करदे। 101 गागर के संग, ते कवि जी दसदे ने कि धन श्री गुरु हरिराज साहिब महाराज दा इशनान 101 गागरा जल दियां भरिया होईआं, सो 101 गागरा द्वारा जल नाल करवाया जांदा सेवकां वल्लों। सर्ब ऋतुन मज्जत सरबंग, इस तरह सब रुत्तां दे विच सब तरह करके महाराज सच्चे पातशाह जी एवें इसे प्रकार ही खुले जल द्वारा 101 गागरा दे जल द्वारा इशनान करदे। इम निस दिन की क्रिया करंते, भावें ठंड दा समा होवे ता भी महाराज सच्चे पातशाह जी खुले जल नाल इशनान करदे, एवें रात दिन दी महाराज सच्चे पातशाह जी दी जो नित क्रिया हुंदी है। जिनते जन अनेक उदरंते, ते जिस करके ऐसा महाराज सच्चे पातशाह जी दा अमृत वेले उठन दा भी नितनेम है, सतसंगत विच बैठन दा उपदेश बख्शिश करन दा और सतसंगत करन दा, जिस ऐसे किरत कमाई करके सतगुरु महाराज सच्चे पातशाह जी दी बंदगी करके अनेका ही जना सेवकां दा उधार हुंदा। खष्ट मास कीरतपुर माही, ते 6 महीने महाराज सच्चे पातशाह जी एवें श्री कीरतपुर साहिब दे विच रहण कीता सतगुरु जी ने 6 महीने दे समय तक। करियो बास सतगुर चित चाही, ते चित विच चाह के महाराज साहिब ने सो एवें मालवे दी धरती तों हो के आण के 6 महीने दा तकरीबन समा श्री कीरतपुर साहिब दे विच बिताया। फिर उत्थों चल के महाराज सच्चे पातशाह जी ने जिवें अगे दुआबे दी धरती वल नूं चाले पाए, ते ओह प्रसंग अगले दीवाना विच सरवण करने, इत्थों तक इह महाराज सच्चे पातशाह जी दी जो समय अनुसार कथा विचार होई है, गरीब नवाज सच्चे पातशाह जी दी जो नित क्रिया बाबत कवि जी ने बड़े ही प्रेम सहित यह कथा बयान की। सतगुरु महाराज सच्चे पातशाह जी कृपा करन, गरीब नवाज सच्चे पातशाह जी का जो पवित्र जीवन है, महाराज साहब जी के दर्शन हैं और सतगुरां के जीवन तो जो सिख्या है सतसंगत करन दी, ये साढ़े हिरदिया दे विच वसे, जिस करके असी भी अपने जीवन महाराज सच्चे पातशाह जी दे जीवन तो सिख्या लै के सुधार सकी, सफल कर सकीए जी। इम निस दिन की क्रिया करंते, जिनते जन अनेक उदरंते, खष्ट मास कीरतपुर माही, करियो बास सतगुर चित चाही। वाहिगुरु जी का खालसा, वाहिगुरु जी की फतेह।